ਮੋਗਾ ਦੇ ਜਲਾਲਾਬਾਦ ਕੋਕਰੀ ਰੋਡ 'ਤੇ ਇੱਕ ਕੋਲਡ ਸਟੋਰ ਦੇ ਵਿੱਚ ਕੱਲ੍ਹ ਧਮਾਕਾ ਹੋਣ ਤੋਂ ਬਾਅਦ ਅਮੋਨੀਆ ਗੈਸ ਲੀਕ ਹੋ ਗਈ, ਜਿਸ ਤੋਂ ਬਾਅਦ ਇੱਥੇ ਹੜਕੰਪ ਪਹੁੰਚ ਗਿਆ। ਹਾਲਾਂਕਿ ਇਸ ਜਗ੍ਹਾ 'ਤੇ ਕੋਲਡ ਸਟੋਰ ਦੇ ਵਿੱਚ 4-5 ਲੋਕ ਜਿਹੜੇ ਅੰਦਰ ਮੌਜੂਦ ਸੀਗੇ, ਜਦੋਂ ਉਹਨਾਂ ਨੇ ਭੱਜ ਕੇ ਜਾਨ ਬਚਾਈ, ਉਸ ਤੋਂ ਬਾਅਦ ਜਿਹੜੀ ਹੈ ਅਮੋਨੀਆ ਗੈਸ ਲੀਕ ਹੋਈ ਤਾਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਪਾਣੀਆਂ ਦੀਆਂ ਬੁਛਾਰਾਂ ਕਰਕੇ ਜਿਹੜੀ ਅਮੋਨੀਆ ਗੈਸ ਸੀ ਉਸ 'ਤੇ ਕੰਟਰੋਲ ਕੀਤਾ। ਹਾਲਾਂਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕੋਲਡ ਸਟੋਰ ਦੀਆਂ ਕਿ ਕਿਸ ਤਰ੍ਹਾਂ ਕੋਲਡ ਸਟੋਰ ਦੀਆਂ ਦੀਵਾਰਾਂ ਡਿੱਗੀਆਂ ਪਈਆਂ। ਇਸ ਮਲਬੇ ਦੇ ਥੱਲੇ ਇੱਕ ਗੱਡੀ ਵੀ ਜਿਹੜੀ ਹੈ ਦੱਸੀ ਹੈ ਉਹ ਆਈ ਗਈ ਹੈ, ਲੇਕਿਨ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਰਾਤ 2 ਵਜੇ ਤੱਕ ਜਿਹੜਾ ਆਪਣਾ ਕੰਮ ਕਰਦੀ ਰਹੀ। ਲੇਕਿਨ ਰਾਤ 2 ਵਜੇ ਜਦੋਂ ਪਿਛਲੀ ਜਗ੍ਹਾ 'ਤੇ ਅਮੋਨੀਆ ਗੈਸ ਲੀਕ ਹੋ ਰਹੀ ਸੀ, ਉੱਥੇ ਸਪਰੇਅ ਕਰਦੇ ਪਏ ਸੀ, ਉੱਥੇ ਪਾਣੀ ਦੀਆਂ ਬੁਛਾਰਾਂ ਕਰਦੇ ਪਏ ਸੀ, ਉੱਥੇ ਵੀ ਜਿਹੜੀ ਹੈ ਦੀਵਾਰ ਇਸੇ ਤਰੀਕੇ ਨਾਲ ਹੀ ਡਿੱਗ ਗਈ ਔਰ ਕਾਫੀ ਨੁਕਸਾਨ ਹੋਣ ਤੋਂ ਬਚ ਗਿਆ, ਕਿਉਂਕਿ ਉਸ ਸਮੇਂ ਜਾਣਕਾਰੀ ਇਹ ਵੀ ਹੈ ਕਿ ਫਾਇਰ ਬ੍ਰਿਗੇਡ ਕਰਮੀ ਜਿਹੜੇ ਸੀਗੇ ਅੰਦਰ ਪਾਣੀ ਮਾਰ ਰਹੇ ਸੀਗੇ, ਲੇਕਿਨ ਉਸੇ ਦੌਰਾਨ ਜਿਹੜੀ ਹੈ ਦੀਵਾਰ ਡਿੱਗ ਪਈ। ਉਹ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ, ਪਹਿਲਾਂ ਹੁਣ ਮੌਕੇ ਦੀਆਂ ਤਸਵੀਰਾਂ ਦਿਖਾ ਦਾਂ। ਅਸੀਂ ਇਸ ਟਾਈਮ ਮੌਜੂਦ ਹਾਂ ਉਸੇ ਜਗ੍ਹਾ 'ਤੇ ਜਲਾਲਾਬਾਦ ਕੋਕਰੀ ਰੋਡ 'ਤੇ, ਉੱਥੇ ਲੋਕ ਇਕੱਠੇ ਨੇ। ਹਾਲਾਂਕਿ ਆਸ ਪਾਸ ਘਰ ਜ਼ਿਆਦਾ ਨਹੀਂ ਹੈ, ਆਸ ਪਾਸ ਰਿਹਾਇਸ਼ੀ ਇਲਾਕਾ ਨਹੀਂ ਹੈਗਾ, ਜਿਸਦੇ ਕਰਕੇ ਨੁਕਸਾਨ ਤੋਂ ਥੋੜ੍ਹਾ ਬਚਾ ਰਿਹਾ, ਲੇਕਿਨ ਅਮੋਨੀਆ ਗੈਸ ਲਗਾਤਾਰ ਲੀਕ ਹੋ ਰਹੀ ਸੀ ਔਰ ਜਿਹੜੇ ਫਾਇਰ ਬ੍ਰਿਗੇਡ ਕਰਮੀ ਸੀ ਉਹ ਮੌਕੇ 'ਤੇ ਪਹੁੰਚੇ ਔਰ ਉਹਨਾਂ ਵੱਲੋਂ ਪਾਣੀ ਦੀਆਂ ਬੁਛਾਰਾਂ ਕਰਕੇ ਕਿਤੇ ਨਾ ਕਿਤੇ ਗੈਸ ਨੂੰ ਕੰਟਰੋਲ ਕੀਤਾ ਗਿਆ। ਹਾਲਾਂਕਿ ਇਹ ਹਜੇ ਸਾਫ਼ ਨਹੀਂ ਹੋ ਪਾਇਆ ਕਿ ਗੈਸ ਕਿੱਥੋਂ ਲੀਕ ਹੋਈ ਸੀ, ਲੇਕਿਨ ਹਜੇ ਤੱਕ ਜਿਹੜੀ ਹੈ ਹੁਣ ਦੀ ਸਥਿਤੀ ਹੈ ਗੈਸ ਕੰਟਰੋਲ ਦੇ ਵਿੱਚ ਨੇ, ਲੇਕਿਨ ਹਜੇ ਵੀ ਜਿਹੜੇ ਕੋਲਡ ਸਟੋਰ ਦੀ ਹਾਲਤ ਹੈ ਕਦੇ ਵੀ ਬਾਕੀ ਦੀਵਾਰਾਂ ਵੀ ਗਿਰ ਸਕਦੀਆਂ, ਜਿਸ ਦੇ ਅਹਤਿਆਤਨ ਤੌਰ 'ਤੇ ਲੋਕਾਂ ਨੂੰ ਥੋੜ੍ਹਾ ਜਿਹਾ ਸਾਈਡ 'ਤੇ ਕੀਤਾ ਗਿਆ ਔਰ ਜਿਹੜਾ ਗੇਟ ਹੈ ਕੋਲਡ ਸਟੋਰ ਦਾ ਉਹ ਵੀ ਬੰਦ ਕੀਤਾ ਗਿਆ। ਨੁਕਸਾਨ ਕਿੰਨਾ ਕੁ ਹੋਇਆ ਇਹ ਹਜੇ ਸਾਫ਼ ਨਹੀਂ ਹੈ, ਕਿਉਂਕਿ ਪਿਛਲੀਆਂ ਦੀਵਾਰਾਂ ਜਿਹੜੀਆਂ ਉਹ ਵੀ ਗਿਰ ਗਈਆਂ, ਇੱਕ ਦੀਵਾਰ ਰਹਿ ਗਈ ਉਹ ਕਦੋਂ ਵੀ ਗਿਰ ਸਕਦੀ ਹੈ। ਅਧਿਕਾਰੀ ਨੇ ਇੱਥੇ ਮੌਜੂਦ ਨੇ, ਫਾਇਰ ਬ੍ਰਿਗੇਡ ਅਧਿਕਾਰੀ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਨੇ ਕਿ ਕਦੋਂ ਸੂਚਨਾ ਆਈ ਸੀ ਔਰ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਔਰ ਕਿਵੇਂ ਕਾਬੂ ਪਾਇਆ ਗਿਆ। ਗੁਰਮੇਲ ਜੀ, ਕਿਸ ਤਰ੍ਹਾਂ ਦੇ ਹਾਲਾਤ ਸੀਗੇ ਜਦੋਂ ਤੁਹਾਨੂੰ ਇੱਥੇ ਕਾਲ ਆਈ ਔਰ ਅਮੋਨੀਆ ਗੈਸ ਲੀਕ ਹੋ ਰਹੀ ਸੀਗੀ ਔਰ ਕਿਵੇਂ ਕਾਬੂ ਪਾਇਆ? ਹਾਂਜੀ, ਮੈਂ ਗੁਰਮੇਲ ਸਿੰਘ, ਫਾਇਰ ਅਫਸਰ ਮੋਗਾ ਜੀ। ਇਹ ਤਕਰੀਬਨ ਸਾਡੇ ਕੋਲ 7:57 'ਤੇ 4:57 'ਤੇ ਇੱਕ ਸੂਚਨਾ ਮਿਲੀ ਸਾਨੂੰ ਅਤੇ 5 ਵਜੇ ਉੱਥੋਂ ਰਵਾਨਗੀ ਹੋ ਗਈ ਸਾਡੀ ਫਾਇਰ ਟੈਂਡਰ ਦੀ ਅਤੇ ਪੂਰੀ ਟੀਮ ਦੀ, ਅਤੇ ਇੱਥੇ ਆਏ ਅਤੇ ਆਪਣਾ ਅਮੋਨੀਆ ਲੀਕ ਸੀਗੀ ਅਤੇ ਆਪਣਾ ਉਹਨੂੰ ਇੱਥੇ ਕੂਲਿੰਗ ਦਿੱਤੀ ਸਾਡੇ ਮਹਿਕਮੇ ਨੇ, ਅਤੇ ਬਾਕੀ ਫੋਰਸ ਵੀ ਸੀਗੀ ਸਾਰੀ ਜੀ, ਉਹ ਕੰਧ ਕੁੰਧ ਡਿੱਗ ਪਈ ਅਤੇ ਉਹ ਜਿਹੜੀਆਂ ਪਾਈਪਾਂ ਜਿਹੜਾ ਹੁੰਦਾ ਕੂਲਿੰਗ ਦੇਣ ਵਾਸਤੇ ਸਟੋਰ ਨੂੰ, ਉਹ ਲੀਕ ਲਾਕ ਹੋ ਗਿਆ ਜੀ, ਇਸ ਕਰਕੇ ਅਮੋਨੀਆ ਲੀਕ ਹੋ ਗਿਆ। ਕਾਬੂ ਕਿਵੇਂ ਪਾਇਆ ਗਿਆ ਜੀ? ਕਾਬੂ ਤਾਂ ਜੀ ਬਸ ਇਹ ਕੂਲਿੰਗ ਹੀ ਦੇਣਾ ਹੁੰਦਾ ਗਾ ਇਹਨੂੰ ਤਾਂ ਅਮੋਨੀਆ ਗੈਸ ਨੂੰ ਜਿਹੜੇ ਹੈਗਾ, ਅਤੇ ਹੁਣ ਸਥਿਤੀ ਹੈ ਜਿਹੜੀ ਇਹ ਵੀ ਇਹ ਕੰਧ ਇੱਕ ਤਾਂ ਡਿੱਗ ਪਈ ਸੀ, ਇੱਕ ਡਿੱਗਣ ਦੀ ਤਦਾਰ 'ਤੇ ਹੈ, ਅਤੇ ਬਾਕੀ ਉੱਦਾਂ ਕੰਟਰੋਲ ਆ ਵੀ ਅਮੋਨੀਆ ਗੈਸ ਆ ਜਿਹੜੀ ਉਹ ਨਹੀਂ ਲੀਕ ਹੋਣਾ, ਖਤਮ ਹੋ ਗਈ ਉਹ। ਰਾਤ ਵੀ ਜਾਣਕਾਰੀ ਮਿਲੀ ਹੈ ਕਿ 2 ਵਜੇ ਦੇ ਕਰੀਬ ਇੱਕ ਦੂਜੀ ਦੀਵਾਰ ਵੀ ਗਿਰ ਗਈ ਸੀਗੀ, ਉਦੋਂ ਆਪਣੇ ਫਾਇਰ ਬ੍ਰਿਗੇਡ ਕਰਮੀ ਵੀ ਕੰਮ ਕਰ ਰਹੇ ਸੀਗੇ? ਹਾਂਜੀ, ਉਹ 2 ਵਜੇ ਕੋਈ ਥੋੜ੍ਹੀ ਬਹੁਤੀ ਫੇਰ ਗੈਸ ਜਦੋਂ ਲੀਕ ਹੁੰਦੀ ਸੀ ਅਤੇ ਉਹਨਾਂ ਨੇ ਕੂਲਿੰਗ ਦਿੰਦੇ ਸੀ ਅਤੇ ਉਦੋਂ ਧਮਾਕਾ ਹੋਇਆ, ਦੀਵਾਰ ਡਿੱਗ ਪਈ, ਫੇਰ ਚਲੋ ਬਚਾਅ ਹੋ ਗਿਆ ਜੀ। ਕਰਮੀ ਆਪਣੇ ਉੱਥੇ ਅੰਦਰ ਹੀ ਸੀਗੇ? ਉਹ ਬਾਹਰ ਸਾਈਡ 'ਤੇ ਕੂਲਿੰਗ ਦੇ ਰਹੇ ਸੀਗੇ ਜੀ, ਬੱਚਤ ਹੋ ਗਈ। ਅਤੇ ਹੁਣ ਕਿਸ ਤਰ੍ਹਾਂ ਦੇ ਹਾਲਾਤ? ਹੁਣ ਤਾਂ ਜੀ ਠੀਕ ਆ, ਖੜ੍ਹੇ ਆ ਸਟੈਂਡ ਬਾਈ, ਅਤੇ ਬਾਕੀ ਕੰਧ ਕੁੰਧ ਡਿੱਗਣ ਵਾਲੀ ਆ, ਕੋਈ JCB ਮਸ਼ੀਨ ਵਗੈਰਾ ਆਉਣਗੇ, ਕੋਈ ਮਾਲਕ ਜਿਵੇਂ ਕੋਈ ਕਰਦੇ ਆ ਤਾਂ ਫਿਰ ਉਦੋਂ ਬਾਅਦ। ਤੁਹਾਡੇ ਵੱਲੋਂ ਅਹਤਿਆਤਨ ਤੌਰ 'ਤੇ ਕੀ ਕੀਤਾ ਗਿਆ, ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਗਈਆਂ, ਕਿਉਂਕਿ ਆਸ ਪਾਸ ਜ਼ਿਆਦਾ ਕਰਦੇ ਹਾਂ? ਲੋਕਾਂ ਨੂੰ ਤਾਂ ਅਵੇਅਰ ਹੀ ਕਰਨਾ ਹੁੰਦਾ ਜੀ, ਵੀ ਇਹ ਤਾਂ ਨੇੜੇ ਨਾ ਆਓ, ਭਾਈ ਇਹ ਅਮੋਨੀਆ ਗੈਸ ਲੀਕ ਹੈ, ਇਹਦੇ ਨਾਲ ਕਈ ਵਾਰੀ ਕੀ ਹੁੰਦਾ VOC ਦੀ ਹਾਲਤ 'ਚ ਬੰਦੇ ਚਲੇ ਜਾਂਦੇ ਜੀ, ਜ਼ਿਆਦਾ ਉਹਨਾਂ ਨੂੰ ਕੋਈ ਹਿੱਟ ਵੱਜੇ, ਅਤੇ ਉਹ ਰੋਕਿਆ ਲੋਕਾਂ ਨੂੰ ਮੁਲਾਜ਼ਮਾਂ ਨੇ ਸਾਡਿਆਂ ਨੇ, ਅਤੇ ਫੋਰਸ ਵੀ ਖੜੀ ਸੀਗੀ ਪੁਲਿਸ। ਕੋਲਡ ਸਟੋਰ ਦੇ ਨੇੜੇ ਵੀ ਨਹੀਂ ਜਾਣ ਦਿੱਤਾ ਜਾ ਰਿਹਾ? ਹਾਂ, ਨਹੀਂ ਜੀ, ਨਹੀਂ ਨਹੀਂ, ਇਹਨਾਂ ਦੀਵਾਰਾਂ ਡਿੱਗਣ ਵਾਲੀਆਂ ਜੀ, ਦੁਬਾਰਾ ਡਿੱਗਣ ਵਾਲੀਆਂ। ਹਾਂਜੀ, ਨੁਕਸਾਨ ਦਾ ਪਤਾ ਲੱਗਾ ਜੀ ਕਿੰਨਾ? ਨੁਕਸਾਨ ਦਾ ਕੋਈ ਆਈਡੀਆ ਨਹੀਂ।
ਬਿਲਕੁਲ ਹਜੇ ਨੁਕਸਾਨ ਦਾ ਕੋਈ ਆਈਡੀਆ ਨਹੀਂ ਹੈ, ਕਿਉਂਕਿ ਜਦੋਂ ਇਹ ਮਲਬਾ ਹਟਾਇਆ ਜਾਏਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਨੁਕਸਾਨ ਕਿੰਨਾ ਗਿਆ, ਕਿਉਂਕਿ ਤੁਹਾਨੂੰ ਮੈਂ ਤਸਵੀਰਾਂ ਦਿਖਾਊਂਗਾ ਪਿਛਲੀ ਪਾਸੇ ਵੀ ਜਾ ਕੇ, ਕਿਉਂਕਿ ਫਾਇਰ ਬ੍ਰਿਗੇਡ ਇੱਕ ਉੱਧਰ ਵੀ ਖੜ੍ਹੀ ਹੈ, ਇੱਕ ਗੱਡੀ ਆਹ ਖੜ੍ਹੀ ਹੈ, ਔਰ ਜਿਹੜੀਆਂ ਟੀਮਾਂ ਇੱਥੇ ਪਹੁੰਚੀਆਂ ਹੋਈਆਂ, ਕਿਉਂਕਿ ਇਹ ਜਿਹੜਾ ਰੋਡ ਹੈ ਇਹ ਕੋਕਰੀ ਕਲਾਂ ਜਲਾਲਾਬਾਦ ਰੋਡ ਹੈ, ਔਰ ਇਹੀ ਕ੍ਰਿਸ਼ਨਾ ਕੋਲਡ ਸਟੋਰ ਜਿੱਥੇ ਕੱਲ੍ਹ ਕੀ ਧਮਾਕਾ ਹੋਇਆ ਸੀਗਾ। ਧਮਾਕਾ ਹੋਣ ਤੋਂ ਬਾਅਦ ਜਿਹੜੀ ਅਮੋਨੀਆ ਗੈਸ ਜਿਹੜੀ ਦੱਸਿਆ ਜਾ ਰਿਹਾ ਸੀ ਲੀਕ ਹੋ ਰਹੀ ਹੈ, ਕਿਉਂਕਿ ਕੱਲ੍ਹ ਸ਼ਾਮ ਦੀਆਂ ਤਸਵੀਰਾਂ ਸੀ ਅਸੀਂ ਤੁਹਾਨੂੰ ਦਿਖਾਈਆਂ ਸੀਗੀਆਂ ਜਿਹਦੇ ਵਿੱਚ ਅਮੋਨੀਆ ਗੈਸ ਕਾਫੀ ਲੀਕ ਸੀ, ਔਰ ਇਸ ਮਲਬੇ ਦੇ ਅੰਦਰ ਇੱਕ ਗੱਡੀ ਵੀ ਜਿਹੜੀ ਹੈ ਉਹ ਵੀ ਉਹਦੀ ਚਪੇਟ ਦੇ ਵਿੱਚ ਆ ਗਈ ਸੀ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਕੋਲਡ ਸਟੋਰ ਹੈ ਇਹ ਕਿਸੇ ਨੇ ਠੇਕੇ 'ਤੇ ਲਿੱਤਾ ਹੋਇਆ ਸੀਗਾ, ਔਰ ਇਹਦੇ ਵਿੱਚ ਆਲੂ ਸਟੋਰ ਕੀਤੇ ਹੋਏ ਆ, ਕਾਫੀ ਵੱਡੀ ਸੰਖਿਆ ਦੇ ਵਿੱਚ ਜਿਹੜੇ ਆ ਆਲੂ ਸਟੋਰ ਕੀਤੇ ਗਏ ਆ, ਔਰ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਦੀਵਾਰਾਂ ਇਹਨਾਂ ਦੀਆਂ ਡਿੱਗੀਆਂ, ਇਸ ਕੋਲਡ ਸਟੋਰ ਦੀਆਂ ਜਿਹੜੀਆਂ ਕੰਧਾਂ ਡਿੱਗੀਆਂ, ਉਹ ਆਲੂ ਦੀਆਂ ਬੋਰੀਆਂ ਵੀ ਜਿਹੜੀਆਂ ਬਾਹਰ ਆ ਗਈਆਂ। ਹਾਲਾਂਕਿ ਰਾਤ ਵੀ ਜਿਹੜਾ ਦੱਸਿਆ ਜਾ ਰਿਹਾ ਕਾਫੀ ਬਚਾ ਰਿਹਾ, ਕਿਉਂਕਿ ਰਾਤ 2 ਵਜੇ ਜਦੋਂ ਫਾਇਰ ਬ੍ਰਿਗੇਡ ਕਰਮੀ ਜਿਹੜੇ ਇੱਥੇ ਕੰਮ ਕਰ ਰਹੇ ਸੀਗੇ, ਕਿਉਂਕਿ ਉਦੋਂ ਵੀ ਥੋੜ੍ਹੀ ਜਿਹੀ ਜਿਹੜੀ ਹੈ ਗੈਸ ਲੀਕ ਹੋਣੀ ਸ਼ੁਰੂ ਹੋ ਗਈ ਸੀ, ਔਰ ਉਸ ਤੋਂ ਬਾਅਦ ਉਹ 'ਤੇ ਕਾਬੂ ਪਾਉਣ ਲਈ ਜਿਹੜਾ ਇੱਧਰ ਪਾਣੀ ਉਸ 'ਤੇ ਪਾਇਆ ਜਾ ਰਿਹਾ ਸੀਗਾ, ਤਾਂ ਉਸੇ ਦੌਰਾਨ ਜਿਹੜੀ ਹੈ ਉਹ ਕੰਧ ਡਿੱਗ ਗਈ ਹੈ। ਦੂਸਰੀ ਤਰਫ ਤੋਂ ਤੁਹਾਨੂੰ ਦਿਖਾਊਂਗਾ ਪਿੱਛੋਂ ਦੀ ਜਾ ਕੇ ਦਿਖਾਉਣਾ ਪਏਗਾ, ਕਿਉਂਕਿ ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹੈ ਕੰਧ ਇਹ ਪਿਛਲੇ ਪਾਸੇ ਦੀ ਵੀ ਕੰਧ ਡਿੱਗ ਚੁੱਕੀ ਹੈ। ਇੱਥੇ ਹੀ ਜਿਹੜੇ ਹੈ ਫਾਇਰ ਬ੍ਰਿਗੇਡ ਕਰਮੀ ਜਿਹੜੇ ਸੀਗੇ ਉਹ ਆਪਣਾ ਕੰਮ ਕਰ ਰਹੇ ਸੀ, ਰਾਤ 2 ਵਜੇ ਜਿਹੜੀ ਹੈ ਇਹ ਕੰਧ ਡਿੱਗੀ ਹੈ, ਔਰ ਇੱਕ ਕੰਧ ਜਿਹੜੀ ਹੈ ਆਹ ਸਾਹਮਣੇ ਪੀਲੇ ਕਲਰ ਦੀ ਕੰਧ ਰਹਿ ਗਈ ਹੈ, ਇਹ ਵੀ ਡਿੱਗਣ ਵਾਲੀ ਹੈ। ਔਰ ਜਿਸ ਤਰ੍ਹਾਂ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਹਾਈਡਰੇ ਮੰਗਾਏ ਜਾ ਰਹੇ ਆ ਜਾਂ JCB ਮੰਗਾਈ ਜਾ ਰਹੀ ਹੈ, ਉਸ ਤੋਂ ਬਾਅਦ ਕੀ ਅਹਿਤਿਆਤਨ ਤੌਰ 'ਤੇ ਇਸ ਕੰਧ ਨੂੰ ਵੀ ਕਿਤੇ ਨਾ ਕਿਤੇ ਸੁੱਟਿਆ ਜਾਏਗਾ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋ ਜਾਵੇ, ਔਰ ਦੂਜੇ ਪਾਸੇ ਕੋਲਡ ਸਟੋਰ ਦੇ ਨੇੜੇ ਆਉਣ ਤੋਂ ਵੀ ਮਨਾ ਕੀਤਾ ਤਾਂ ਕਿ ਕਿਸੇ ਦਾ ਕੋਈ ਜਾਨੀ ਮਾਣੀ ਨੁਕਸਾਨ ਨਾ ਹੋਏ। ਹਾਲਾਂਕਿ ਹਜੇ ਤੱਕ ਜਿਹੜੀ ਹੈ ਅਮੋਨੀਆ ਗੈਸ 'ਤੇ ਕਾਬੂ ਪਾਇਆ ਗਿਆ, ਲੇਕਿਨ ਮਲਬਾ ਹਟਾਉਣ ਤੋਂ ਬਾਅਦ ਹੀ ਸਾਰਾ ਨੁਕਸਾਨ ਸਾਫ਼ ਹੋ ਪਾਏਗਾ।